ਪੰਜਾਬ ਤੇ ਚੜ੍ਹਦਾ ਪੰਜਾਬ ਇਹ ਅਮਾਨਾ ਜੱਟ ਜਿਹਨੇ ਵਰਲਡ ਕੱਪ ਦੇ ਵਿੱਚ ਬੜੀਆਂ ਚੜ੍ਹ ਕੇ ਰੇਡਾਂ ਪਾਈਆਂ ਅੱਜ ਕਮੈਂਟਰੀ ਦੇ ਮੇਲੇ ਤੇ ਪਿੰਡੇ ਦੇ ਨਾਲ ਟੱਕਰ ਹੋਈ ਆ ਮਾਨੇ ਜੱਟ ਦੀ ਪਰ ਨੰਬਰ ਕਮੈਂਟਰੀ ਦਾ ਬੜਾ ਵਧੀਆ ਨੰਬਰ ਲਿਆ ਇੱਕ ਹੋਰ ਨੰਬਰ ਦਾ ਵਾਧਾ ਕੀਤਾ ਲੈ ਜੀ ਸੰਧੂ ਸਾਹਿਬ ਨੰਬਰ ਹੋ ਗਿਆ ਕਮੈਂਟਰੀ ਦਾ ਕਹਿੰਦੇ ਵੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ 2017 ਦੇ ਸੀਜ਼ਨ ਵਿੱਚ ਆਹ ਮੁੰਡਾ ਪਹਿਲੇ 10 ਨੰਬਰ ਦੇ ਰੇਡਰਾਂ ਦੀ ਲਿਸਟ ਵਿੱਚ ਆਇਆ ਹੈ ਇਹ ਹੈ ਕਹਿੰਦੇ ਧਰਤੀ ਮਾਸ਼ੀ ਵਾਲੇ ਦੀ ਆਓ ਸਾਹਮਣੇ ਕਬੱਡੀ ਪਾ ਰਿਹਾ ਤੁਹਾਡੇ ਸਾਹਮਣੇ ਆਓ ਸਾਹਮਣੇ ਬੱਲੇ ਬੱਲੇ ਹੁੰਦੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਜੋ ਜਸਪਾਲ ਹੇਜ ਜਸਪਾਲ ਸਵਾਲ ਮੇਰਾ ਵੀਰ ਤੇ ਮੱਖਣ ਸ਼ੰਕਰੀਆ ਇਹਨਾਂ ਬਾਤੋਂ ਪੱਤਰ ਜੀ ਲਓ ਜੀ ਮੁਹੰਮਦ ਖਾਨ ਵੈਦ ਪਹਿਲੀ ਕਬੱਡੀ ਚੱਲਿਆ ਮੇਰੇ ਚਾਰੇ ਡਾਫੀ ਚੀਜ਼ ਦੀ ਕੰਢ ਵਾਂਗ ਖੜੇ ਆ ਸ਼੍ਰੀ ਭਾਜੀ ਇੱਕ ਮਿੰਟ ਪਲੀਜ਼ ਮੱਖਣ ਭਾਜੀ ਤੁਸੀਂ ਗੁਆਚਿਆਂ ਕੋਲ ਤੁਰੇ ਫਿਰਦੇ ਤੁਹਾਡਾ ਆਪਣਾ ਟੂਰਨਾਮੈਂਟ ਆ ਯਾਰ ਪਲੀਜ਼ ਤੁਹਾਡੇ ਕੋਲ ਨਾ ਕੋਈ ਬਿਫਲ ਲੱਭਦੀ ਆ ਨਾ ਹੋਰ ਹੈ ਨਾ ਆਈਡੀਆ ਬਣਾ ਕੇ ਸਾਰੇ ਆ ਨਾ ਬੜਾ ਸ਼ੌਕ ਆ ਗਲ ਚ ਪਾਉਣ ਦਾ ਹੁਣ ਇੱਕ ਬੰਦਾ ਨੀ ਲੱਭ ਰਿਹਾ ਹੁਣ ਪਾਲੇ ਭਾਜੀ ਹੁਣੀ ਆਪ ਲੇਟ ਆਉਂਦੇ ਆ ਉਦੋਂ ਆਈਡੀਆ ਬਣਾਉਣਾ ਸਾਰਿਆਂ ਨੂੰ ਦੇਈ ਜਾਂਦੇ ਆ ਹਾਂਜੀ ਮਾਨਕ ਸਾਹਿਬ ਵੀ ਪਹੁੰਚ ਚੁੱਕੇ ਆ ਮੱਖਣ ਸ਼ੰਕਰੀ ਇੱਕ ਪਾਸੇ ਲਾਈਨ ਤੇ ਦੂਸਰੇ ਪਾਸੇ ਸਾਡਾ ਸਵਾਲ ਤੇ ਸਵਾਲ ਮੈਂ ਡਿਊਟੀ ਲਵਾਈ ਨਹੀਂ ਸੀ ਆਪਣੀ ਮੈਂ ਨਾਲ ਲੋ ਜੀ ਸੁਖਬੀਰ ਕਹਿੰਦੇ ਵਰਲਡ ਕੱਪ ਦੇ ਵਿੱਚ ਸੁਖਬੀਰ ਨੇ ਬਹੁਤ ਵਧੀਆ ਕਬੱਡੀਆਂ ਪਾਈਆਂ ਨਾਲ ਸ਼ਾਮੇ ਵੱਡੇ ਮੁਕਾਬਲਾ ਹੋਇਆ ਬਸ ਸੁਖਬੀਰ ਜਾਨਵੇਂ ਖਿਡਾਰੀ ਇੱਕ ਹੋਰ ਨੰਬਰ ਦਾ ਵਾਅਦਾ ਕੀਤਾ ਸੁਖਬੀਰ ਸਰਾਵੰਦ ਲਓ ਤੇ ਸੁੰਦਰ ਮਾਲਕ ਜੀ ਇੰਗਲੈਂਡ ਦੀ ਕਬੱਡੀ ਫੈਡਰੇਸ਼ਨ ਦੀ ਜਿੰਦਜਾਨ ਨੇ ਸਾਡੇ ਕੋਲ ਪਹੁੰਚੇ ਸਵਾਗਤ ਹੈ ਤੇ ਇੱਧਰ ਕਹਿੰਦੇ ਉੱਡ ਰਹੇ ਗੱਲ ਕਰੀਏ ਉੱਡ ਰਹੇ ਕੋਲੇ ਦੀ ਅੱਗਮਲ ਜੋ ਬੜਾ ਨਖਰੀਲਾ ਕਬੱਡੀ ਰੇਡਰ ਹੈ ਦੁਨੀਆ ਮਾਣ ਕਰਦੀ ਹੈ ਉਹਦੇ ਪਿੰਡਾਂ ਪਿਆਰ ਹੈ ਨਾਲ ਮੌਸਮ ਬਾਲਾ ਵਿਕਾਸ ਗੁਜਰ ਤੇ ਲਵਲੀ ਸਹੇੜੀ ਵਾਲਾ ਚਾਰ ਵੱਡੇ ਜਾਫੀ ਤਿਆਰ ਨੇ ਖੇਡ ਦੇ ਮੈਦਾਨ ਦੇ ਵਿੱਚ ਇੱਧਰ ਨੰਬਰ ਚੱਲੇ ਨੇ ਖੁਦ ਕਬੱਡੀ ਖੇਡੀ ਹੈ ਸ਼ਹਿਰਪੁਰੀਆ ਤੇ ਲੋਕੀ ਕੋਬਰਾ ਕਰਕੇ ਲਾਉਂਦੇ ਆ ਰਾਜੂ ਕੋਟੜਾ ਭਰੀ ਵਾਲਾ ਸਿੰਘ ਸਰਦਾਰ ਸਜਿਆ ਇੱਕ ਪਾਸੇ ਸੰਧੂ ਇੱਕ ਪਾਸੇ ਕਾਲੀਆ ਨਾ ਜਾਨੀ ਸਦਿਆਰਾ ਜੰਜੂਆ ਦੇਖਣਾ ਹੱਥ ਕਿਹਨੂੰ ਲਾਉਣਾ ਜੇ ਸਨਿਆਰਿਆ ਸਾਧ ਪੱਜਰਾਂ ਦੇ ਪੱਕੇ ਹੁਣ ਦੇਖਣਾ ਸਦਿਆਰਾ ਠੋਕਦਾ ਜਾਂ ਕੋਟਲੀ ਵਾਲਾ ਮੁੰਡਾ ਕੀ ਕਰਦਾ ਸਿੰਘ ਸਰਦਾਰ ਇੱਕ ਹੋਰ ਨੰਬਰ ਦਾ ਵਾਅਦਾ ਕੀਤਾ ਟਾਈਗਰ ਆਫ ਲਾਈਨ ਦੇ ਲਈ ਰਾਜੂ ਪੜੀਵਾਲ ਬਹੁਤ ਹੀ ਵਧੀਆ ਰੇਡਰ ਸਾਬਤ ਹੋਇਆ ਮੇਰਾ ਵੀਰ ਆ ਹੈ ਕਹਿੰਦੇ ਮਾਨਾ ਜੱਟ ਲੁਧਿਆਣੇ ਦਾ ਹੋਇਆ ਕੀ ਦੇ ਜੇ ਕੁੜੀ ਹੈ ਤੂੰ ਦਿੱਲੀ ਸ਼ਹਿਰ ਦੀ ਤੇ ਮੈਂ ਵੀ ਜੱਟ ਲੁਧਿਆਣੇ ਦਾ ਪਾਕਿਸਤਾਨ ਖੇਡਦਾ ਅਮਰੀਕਾ ਖੇਡਦਾ ਇੰਡੀਆ ਵੀ ਖੇਡਦਾ ਤੇ ਇੰਗਲੈਂਡ ਪਿਛਲੇ 7 ਸਾਲ ਤੋਂ ਕਬੱਡੀ ਖੇਡਦਾ ਇਹ ਮਾਨਾ ਜੱਟ ਤੇ ਆ ਮੁੰਡਾ ਹੀ ਪਾਕਿਸਤਾਨ ਦਾ ਟੌਪਰ ਜਾਫੀ ਹੈ ਇਹ ਮੌਸਮ ਬਾਲਾ ਪਹਿਲੇ ਕਬੱਡੀ ਕੱਪ ਦਾ ਬਰਮਿੰਗਮ ਦਾ ਉੱਤਮ ਜਾਫੀ ਹੈ ਮੌਸਮ ਬਾਲਾ ਅਸ਼ੋਕ ਬਸਰਾ ਔਰ ਗਿੱਲ ਦੇਖਦਾ ਕਿ ਮੇਲਾ ਭਰਿਆ ਜਾਂਦਾ ਦੂਰੇ ਨੇੜੇ ਵਾਲ ਜਗਦਾ ਕੇ ਖੁਣ ਫਸਨੇ ਸੁਗੀਆਂ ਦੇ ਮਿੱਤਰਾਂ ਬਹਿ ਜਾ ਹਾਗੀ ਆ ਕੇ ਸਿੱਧੂ ਨੂੰ ਹਲਕਾ ਜਿਹਾ ਟੱਚ ਲਾਇਆ ਗੁਰਮੀਤ ਨੇ ਔਰ ਇੱਕ ਹੋਰ ਨੰਬਰ ਦਾ ਵਾਅਦਾ ਕੀਤਾ ਸਵਰਨੇ ਦੀ ਵਿਸਲ ਦੱਸਦੀ ਆ ਮਹਾਨ ਜਾਫੀ ਮੌਸਮ ਬਾਲਾ ਖੇਡ ਦੇ ਮੈਦਾਨ ਦੇ ਵਿੱਚ ਦੋ ਤੋਂ ਚਾਰ ਚਾਰ ਤੋਂ ਛੇ ਛੇ ਤੋਂ ਅੱਠ ਅੱਠ ਤੋਂ ਦਸ ਸੈਂਕੜੇ ਬੀਤੇ ਹੋਏ ਤੇ ਨੰਬਰ ਉੱਧਰ ਦੀਪੇ ਮੌਲੀ ਵਾਲੇ ਨੇ ਤਾੜੀ ਮਾਰੀ ਕੇ ਨੰਬਰ ਸਾਡਾ ਹੈ ਨੰਬਰ ਸਾਡਾ ਹੈ ਨੰਬਰ ਰੇਡਰ ਦਾ ਲਓ ਜੀ ਮਨਜੋਤ ਮਨਜੋਤ ਤੇ ਰਾਜੂ ਦੀ ਜੋੜੀ ਬੜੀ ਮਸ਼ਹੂਰ ਰਹੀ ਹੈ ਜਿੱਦਾਂ ਕੇਵਲ ਦੀ ਅਤੇ ਇਸੇ ਤਰ੍ਹਾਂ ਦੋਨਾਂ ਸਿੰਘਾਂ ਨੇ ਖਿੱਚ ਖਿੱਚ ਕੇ ਕਬੱਡੀਆਂ ਪਾਈਆਂ ਔਰ ਦੂਸਰੇ ਪਾਸੇ ਕਾਲੀਆ ਹੱਥ ਲਾਉਂਦਾ ਪਰ ਨੰਬਰ ਮਨਜੋਤ ਦਾ ਔਰ ਜੈਮਲ ਪਿੱਛੇ ਹੱਲਾ ਸ਼ੇਰੀ ਦਿੰਦਾ ਭਲਾ ਵਧੀਆ ਅਤੇ ਨਾਚ ਕੀਤਾ ਜੈਮਲ ਨੇ ਲਓ ਜੀ ਅਗਲੀ ਕਬੱਡੀ ਅਗਮਨ ਡੋਗਰ ਦੀ ਫਿਰ ਮੈਦਾਨ ਵਿੱਚ ਪੈਣ ਜਾ ਰਹੀ ਹੈ ਮੰਡੇ ਤੋਂ ਫਰਾਈਡੇ ਹਰ ਇੱਕ ਘੰਟਾ ਇੱਕ ਦਿਨ ਦੇ ਵਿੱਚ 8 ਤੋਂ 9 ਵਜੇ ਕੇ ਟੀਵੀ ਇਹਨਾਂ ਮੈਚਾਂ ਨੂੰ ਪ੍ਰਸਾਰਣ ਕਰਦਾ ਹੈ ਕੇ ਟੀਵੀ ਦਾ ਧੰਨਵਾਦ ਹੈ ਉਧਰ ਪੈ ਚੁੱਕੀ ਰੇਲ ਖੇਡ ਮੈਦਾਨ ਦੇ ਵਿੱਚ ਤੇ ਲਵਲੀ ਸਹੇੜੀ ਵਾਲਾ ਟੀਮੇ ਦਾ ਪੁੱਤਰ ਕਹਿੰਦਾ ਕਿ ਨੰਬਰ ਮਿਲਿਆ ਆਪਣੇ ਕਬੱਡੀ ਖੇਲੀ ਉਧਰ
ਮਹਿੰਦਰ ਨਵੇਂ ਪਿੰਡੀਆਂ ਗੋਡੀ ਪੰਡਾਲ ਹੁਣੇ ਸੱਤਾ ਮਠੰਡਾ ਬਣਾਇਆ ਮਠੰਡਾ ਤੇ ਨਾਲ ਸਾਡਾ ਗੋਲ ਚੱਠਾ ਨੰਬਰ ਲਿਖਦੇ ਨੇ ਸੁਖਬੀਰ ਸਰਾਵਾ ਵਾਲਾ ਹਲਕਾ ਜਿਹਾ ਟੱਚ ਜਜੂ ਨੂੰ ਕੀਤਾ ਤੇ ਆਪਣੇ ਘਰ ਵਾਪਸ ਆ ਗਿਆ ਜਿੱਦਾਂ ਕਹਿੰਦੇ ਇੱਕ ਬੱਚੇ ਨੂੰ ਹੱਥ ਲਾ ਕੇ ਨੀ ਸਿਆਰਾ ਭਜਦਾ ਏਦਾਂ ਜਜੇ ਨੂੰ ਹੱਥ ਲਾ ਕੇ ਇੱਕ ਨੰਬਰ ਦਾ ਹੋਰ ਵੱਧ ਕੀਤਾ ਹਾਂਜੀ ਮਿੱਠਾ ਜੀ ਅਗਲੀ ਰੇਡ ਫਿਰ ਮਨਾਲ ਨੂੰ ਜੁੜੀਏ ਮੇਰੇ ਵੀਰ ਜੋੜੀਏ ਆਓ ਕਹਿੰਦੇ ਮਾਨਾ ਜੱਟ ਲੁਧਿਆਣਵੀ ਕਬੱਡੀ ਪਾ ਰਿਹਾ ਧਰਤੀ ਪਾਕਿਸਤਾਨ ਦੀ ਹੈ ਪਰ ਵੱਡਾ ਪਿਆਰ ਹੈ ਮਾਂ ਖੇਡ ਕਬੱਡੀ ਨਾਲ ਉਧਰ ਪਿੰਡਾਂ ਪਿਆਰ ਹੈ ਮੂਲੇ ਵੱਲ ਖੇਡਣ ਦਾ ਜਿਹੜਾ 7 ਮਾਰਚ 2016 ਨੂੰ ਫਲੌਰ ਵਿੱਚ ਫੋਰ ਦਾ ਜੇਤੂ ਹੈ ਲਵਲੀ ਨੇ ਫਿਰ ਟਰਾਈ ਕੀਤੀ ਉਧਰ ਮਾਨਾ ਜੱਟ ਨੰਬਰ ਰੇਡਰ ਦਾ ਨੰਬਰ ਮਾਨੇ ਜੱਟ ਲੁਧਿਆਣੇ ਹਰ ਮੇਲੇ ਦੇ ਕਬੱਡੀ ਜਿਹਨੇ ਪਾਈ ਉਹ ਦੱਸੋ ਮੁੰਡਾ ਕਿਹਨੇ ਪਿੰਡ ਦਾ ਹਰ ਪਾਸੇ ਕੋਟਲੀ ਬੜੀ ਦਾ ਰਾਜੂ ਜਿਹਨੇ ਹਰ ਮੈਦਾਨ ਦੇ ਵਿੱਚ ਫਤਿਹ ਕੀਤੀ ਆ ਸਿੰਘ ਸਰਦਾਰ ਅੱਜ ਦੇਖਣਾ ਸੁਨਿਆਰਾ ਸੰਧੂ ਔਰ ਜੰਜੂਆ ਦੇ ਨਾਲ ਪੰਗਾ ਪੈ ਗਿਆ ਜੰਜੂਆ ਬੜਾ ਪੁਰਾਣਾ ਖਿਡਾਰੀ ਹੈ ਤੇ ਦੂਸਰੇ ਪਾਸੇ ਰਾਜੂ ਵੀ ਘੱਟ ਨਹੀਂ ਦੋਨੇ ਵਰਲਡ ਕੱਪ ਦੇ ਸਟਾਫ ਆ ਦੇਖਣਾ ਹੱਥ ਖੋਲਾ ਪਰ ਚੱਪਾ ਸਾਂਝਾ ਸੀ ਨੰਬਰ ਰਾਜੂ ਦਾ ਪੜੀ ਵਾਲੇ ਦਾ ਹੋ ਗਿਆ ਖੇਡ ਦੇ ਮੈਦਾਨ ਦੇ ਵਿੱਚ ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਖੇਡ ਜਾ ਰਹੀ ਹੈ ਖੇਡ ਦਾ ਮੈਦਾਨ ਪਹਿਲਾ ਮੈਚ ਹੈ ਇੱਕ ਪਾਸੇ ਸਲੋ ਤੇ ਹੰਸੋ ਦੀ ਟੀਮ ਜਿਹੜੀ ਕਬੱਡੀ ਦਾ ਸ਼ਾਨਦਾਰ ਮੈਚ ਦੂਜੇ ਪਾਸੇ ਮਿਡਲਾਂ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਆਕਾਸ਼ ਗੁੱਜਰ ਪਾਕਿਸਤਾਨ ਦਾ ਟੌਪਰ ਜਾਫੀ ਹੈ ਮੇਰੇ ਪੰਜਾਬੀ ਖੇਡ ਪ੍ਰੇਮੀਓ ਤੇ ਨੰਬਰ ਜ਼ਿਆਦਾ ਹੁਸ਼ਿਆਰ ਪ੍ਰਿਆ ਕਹਿੰਦਾ ਕਿ ਨੰਬਰ ਤੇ ਜਾਫੀ ਦਾ ਨੰਬਰ ਜਾਫੀ ਦਾ ਸਿੰਘ ਸਰਦਾਰ ਪਿੱਛੇ ਹੱਟ ਕੇ ਜੋਲ ਪਟੋਜ ਮਾਦੀ ਕੋਲ ਜਾਂਦਾ ਉੱਚਾ ਲੰਬਾ ਗਬਰੂ ਉੱਚੀ ਲੰਬੀ ਰੇਸ ਖੇਡ ਦੇ ਮੈਦਾਨ ਦੇ ਵਿੱਚ ਤੇ ਸੋਹਣੇ ਗੱਭਰੂ ਦੇ ਪਾਇਆ ਪਰਦੇ ਮੋਰ ਮੁਟਿਆਰੇ ਤੂੰ ਤਾਂ ਕੱਲੇ ਦਿਲ ਤੋੜਦੀ ਮੁੰਡਾ ਅੰਮ੍ਰਿਤ ਤੋੜਦਾ ਤਾਰੇ ਅੰਮ੍ਰਿਤ ਤਾਰੇ ਤੋੜਨ ਵਾਲਾ ਅਕਮਲ ਡੋਡਰ ਪੈ ਗਈ ਆ ਪਰ ਕੈਂਚੀ ਮੈਨੂੰ ਲੱਗਦਾ ਖੋਟੀ ਸੀ ਅਜੇ ਤਿੱਖੀ ਕਰਾਉਣ ਵਾਲੀ ਹੈ ਤੇ ਇੱਕ ਹੋਰ ਨੰਬਰ ਦਾ ਵਾਧਾ ਮਨਜੋਤ ਨੇ ਕੀਤਾ ਮਨਜੋਤ ਦਾ ਨੰਬਰ ਹੋ ਗਿਆ ਮੇਰੇ ਪੰਜਾਬੀ ਖੇਡ ਪ੍ਰੇਮੀ ਸਲਾਮ ਸਿੰਘ ਜੀ ਗਿੱਲ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਸਮਰਪਿਤ ਹੈ ਮਾਂ ਖੇਡ ਕਬੱਡੀ ਨੂੰ ਉਹ ਵੀ ਆਨੰਦ ਮਾਣਦੇ ਨੇ ਬੈਡਫੋਰ ਦੀ ਪੂਰੀ ਸਪੋਰਟ ਕਲੱਬ ਨੂੰ ਜੀ ਧੰਨਵਾਦ ਹੈ ਖੇਡ ਦੇ ਮੈਦਾਨ ਵਿੱਚ ਆ ਕਹਿੰਦੇ ਵੀ ਜੱਟ ਕਬੱਡੀ ਪਾ ਰਿਹਾ ਖੇਡ ਦਾ ਇਹ ਮਾਨਾ ਜੱਟ ਲੁਧਿਆਣਵੀ ਤੇ ਇਹਨੇ ਲਵਲੀ ਸਟੇਡੀ ਵਾਲਾ ਧੀਮੇ ਦਾ ਪੁੱਤਰ ਕਹਿੰਦੇ ਕਮਾਲ ਕਰਦਾ ਹੋਇਆ ਜੱਫਾ ਲੱਗੇ ਤਾੜੀਆਂ ਸਾਰੇ ਮਾਰਾਂਗੇ ਜੇ ਨਹੀਂ ਲੱਗਾ ਤਾੜੀ ਤਾਂ ਹੀ ਵੱਜੇਗੀ ਤਾਂ ਨੰਬਰ ਰੇਟਰ ਦਾ ਨੰਬਰ ਤਾਵੀਰ ਹਾਂਜੀ ਕੱਖਾਂ ਤੋਂ ਬਣ ਕੇ ਲੱਖਾਂ ਦੀ ਇਹਨੂੰ ਕਹਿੰਦੇ ਖੇਡ ਕਬੱਡੀ ਆ ਕਈ ਮੁਕਤ ਵਿੱਚ ਹੱਡ ਬਣਾਉਂਦੇ ਰਹੇ ਕਈਆਂ ਖੇਡ ਖੇਡ ਕੇ ਛੱਡੀ ਆ ਇਹ ਆ ਸੁਖਬੀਰ ਸਰਾਵਾ ਵਾਲਾ ਤਕਬੱਕਰ ਜਾ ਕਹਿੰਦੇ ਜ਼ਿਲ੍ਹਾ ਫਰੀਦਕੋਟ ਜਿੱਥੇ 257 ਠੇਕੇ ਨੇ ਸ਼ਰਾਬ ਦੇ ਜਿੱਥੇ 22 ਹਸਪਤਾਲ ਨੇ ਉਹ ਜ਼ਿਲ੍ਹਾ ਹੈ ਕਹਿੰਦੇ ਫਰੀਦਕੋਟ ਉਹਦਾ ਦੌਰਾ ਮੇਰਾ ਵੀ ਪਹੁੰਚਿਆ ਸਾਲ ਵਾਲੀ ਧੰਨਵਾਦ ਹੈ ਤੇ ਸੁੱਖਾ ਚੱਕਾ ਵਾਲਾ ਮਹਾਨ ਪ੍ਰਮੋਟਰ ਪਹੁੰਚਿਆ ਧੰਨਵਾਦ ਹੈ ਅਗਲੀ ਕਬੱਡੀ ਫਿਰ ਮੈਦਾਨ ਵਿੱਚ ਚੱਪਾ ਚੱਪਾ ਧਰਤੀ ਮਹਿਕੀ ਹੋਈ ਹੈ ਦਰਸ਼ਕਾਂ ਦਾ ਇਕੱਠ ਵੱਡੀ ਗੱਲ ਬਿਆਨ ਕਰਦਾ ਹੋਇਆ ਇੱਧਰ ਜੁੜਗੇ ਆਹ ਮੁੰਡਾ ਕਹਿੰਦੇ ਛਾ ਕੋਟ ਦੇ ਲਾਗੇ ਹੈ ਮੂਲੇ ਵੱਲ ਖੇੜਾ ਪਿੰਡ ਤੇ ਖਲੌਰ ਦੇ ਵਿੱਚ ਮੁੰਡੇ ਨੇ ਤੁਰਿਆ ਫੋੜਦਾ ਪਰ ਕਹਿੰਦਾ ਨਹੀਂ ਮੰਨਦਾ ਨੰਬਰ ਮੱਖਣਾ ਤੇਰਾ ਮੱਖਣਾ ਜੋ ਫੇਰਦਾ ਜਾਂ ਮੇਲੇ ਤੁਸੀਂ ਆਰਗੂਮੈਂਟ ਨਹੀਂ ਕਰਨੀ ਰੈਫਰੀ ਦਾ ਫੈਸਲਾ ਆਖਰੀ ਹੋਣਾ ਦਰਸ਼ਕਾਂ ਦੀ ਨਹੀਂ ਮੰਨੀ ਜਾਣੀ ਰੱਖ ਦਿਆ ਫੈਸਲਾ ਆਖਰੀ ਆ ਬਾਹਰ ਕੱਢਿਆ ਲੇਕਿਨ ਫੇਰ ਵੀ ਨੰਬਰ ਰੇਡਰ ਦਾ ਬਣੀ ਵਾਲਾ ਰਾਜੂ
ਉਧਰ ਦੀਪਾ ਮੌਲੀ ਕੀਤਾ ਬਾਜਵਾ ਸਾਰੇ ਮੇਰੇ ਵੀ ਦੇਖਦੇ ਆ ਕਿ ਮੇਲਾ ਭਰਦਾ ਜਾਂਦਾ ਦੂਰੇ ਨੇੜੇ ਆ ਕੇ ਲੋਕ ਬਿਠਾਉਂਦੇ ਜਾਂਦੇ ਆ ਅੱਜ ਦਸਾਂ ਪੌਂਡਾਂ ਦਾ ਸਪੋਰਟਸਮੈਨ ਆ ਸਾਰਿਆਂ ਨੂੰ ਵਰਲਡ ਕੱਪ ਦੇ ਸਟਾਰ ਖਿਡਾਰੀਆਂ ਦੇ ਗਾਲੀਆਂ ਨੇ ਹੱਥ ਲਾਇਆ ਹੁਣ ਦੇਖਣਾ ਕਾਲੀਆ ਰਾਜੂ ਕਾਲੀਆ ਰਾਜੂ ਫਰਕ ਤਜਰਬੇਕਾਰ ਰਾਜੂ ਜਿਹਨੇ ਬਾਗੋੜੀ ਦੇ ਵਿੱਚ ਵੀ ਕਬੱਡੀਆਂ ਪਾਈਆਂ ਨੰਬਰ ਦਾ ਬਾਦਾ ਅਗਲੀ ਕਬੱਡੀ ਅਕਬਰ ਡੋਗੋੜੀ ਪੈਣ ਜਾ ਰਹੀ ਹੈ ਸਾਡਾ ਵੀਰ ਪਾਲਾ ਸੋਤਾ ਕਲੰਦਰ ਸੋਤਾ ਬੜੇ ਪਿੰਡੀਏ ਪਹੁੰਚੇ ਹੋਏ ਸਵਾਗਤ ਹੈ ਆਓ ਅਗਲੀ ਕਬੱਡੀ ਜੁੜ ਗਏ ਪਹਿਲਾਂ ਸਾਡਾ ਵੀਰ ਕੀਤਾ ਬਜਮਾ ਮਿੱਟੂ ਕਰਦੀ ਵਾ ਰਾਜਾ ਏਕ ਕਟਾ ਅੰਬਾ ਬਸਾ ਦੇ ਸ਼ੋਕਾ ਵੀ ਪਿਆਰ ਰਹੇ ਆਓ ਮੌਸਮ ਪਾਲਾ ਦੋਨੇ ਪਾਕਿਸਤਾਨ ਦੇ ਵੀ ਦੋਨੇ ਟੱਪਰ ਰਹੇ ਦੋਨੇ ਸਫਰ ਰਹੇ ਅੱਜ ਵੀ ਤੇਰੇ ਕੋਲ ਮੈਨੂੰ ਵੀ ਪਤਾ ਸੀ ਆਪਣੇ ਸਾਥੀਆਂ ਪਹੁੰਚੇ ਧੰਨਵਾਦ ਹੈ ਜਵੇਦ ਅਖਤਰ ਜੀ ਸਾਹਿਬ ਛੋਟ ਪਹੁੰਚੇ ਹੋਏ ਕੁੰਦਰ ਸਾਹਿਬ ਪਹੁੰਚੇ ਹੋਏ ਚੱਠਾ ਸਾਹਿਬ ਪਹੁੰਚੇ ਹੋਏ ਆਓ ਅਗਲੀ ਕਬੱਡੀ ਆਪਣੀ ਟੀਮ ਲਈ ਸਾਡੀ ਬੇਨਤੀ ਆ ਉਹਨਾਂ ਦੇ ਚੁੱਪੇ ਨੂੰ ਕਹਿ ਕੇ ਸਾਡੇ 1400 ਸਾਡਾ ਪੇ ਕਰ ਦੇਣ ਜਿੱਥੇ ਮਰਜ਼ੀ ਖੇਡੇ ਅਸੀਂ ਟੀਮ ਖਿਲਾਉਣੀ ਅਸੀਂ ਟੀਮ ਖਿਲਾਵਾਂਗੇ ਸਾਰੇ ਦੋਨਾਂ ਵੱਲੋਂ ਖੇਡੇ ਆ ਵਰਲਡ ਕੱਪ ਦਾ ਸਟਾਰ ਖਿਡਾਰੀ ਔਰ ਛਾਬੇ ਦਾ ਲਾਈਨ ਨੂੰ ਟੱਚ ਹੋ ਗਿਆ ਔਰ ਸੁੱਖੀ ਸਰਾਵਾ ਵਾਲੇ ਦੇ ਹੱਕ ਵਿੱਚ ਸਵਾਡੇ ਨੇ ਫੈਸਲਾ ਦਿੱਤਾ ਕਿਉਂਕਿ ਫੈਸਲਾ ਰੈਫਰੀ ਦਾ ਆਖਰੀ ਫੈਸਲਾ ਹੋਣਾ ਮੇਰੀ ਬੇਨਤੀ ਅਗਲੀ ਕਬੱਡੀ ਅਗਮਲ ਡੋਗਰ ਦੇ ਹਿੱਸੇ ਵਿੱਚ ਆਈ ਹੈ ਉਧਰ ਮੇਜਰ ਸੈਨੀ ਪਹੁੰਚੇ ਚਾਚਾ ਜੀ ਢੰਡੋਵਾਲ ਵਾਲੇ ਅਗਮਲ ਡੋਗਰ ਦੀ ਰੇਡ ਹੈ ਤੇ ਲਵਲੀ ਸੇਰੀ ਵਾਲ ਪਿਛਲੇ 2-3 ਸਾਲ ਤੋਂ ਲਗਾਤਾਰ ਮੈਚ ਦੇ ਨਾਲ ਹੀ ਰਹੋ ਆਉਂਦੇ ਆ 2-3 ਮਿੰਟ ਬਾਅਦ ਦੁਬਾਰਾ ਟੀਮਾਂ ਦੇ ਕਿੰਨੇ ਕਿੰਨੇ ਪੁਆਇੰਟ ਨੇ ਇਹ ਮਿੱਠਾ ਖਲਵਾਉਂਦਾ ਨਹੀਂ ਪਤਾ ਨਹੀਂ ਕੀ ਇਹਨੂੰ ਹੋ ਗਿਆ ਜੀ ਸਲੋ ਦੇ 17 ਤੇ ਕਮੈਂਟਰੀ ਦੇ 14 ਇੱਕ ਜੱਫਾ ਡੋਗਰ ਨੂੰ ਤੇ ਇੱਕ ਹੈਗਾ ਮੁਹੰਮਦ ਖਾਨ ਦੋ ਜੱਫੇ ਪਾਣੀ
ਬ੍ਰੇਕ ਹੈ, ਬ੍ਰੇਕ ਹੈ, ਦੋ ਮਿੰਟ ਠਹਿਰ ਜਾਓ ਬਈ, ਮੈਚ ਦੁਬਾਰਾ ਸ਼ੁਰੂ ਹੁੰਦਾ। ਪਹਿਲਾ ਮੈਚ ਹੈ, ਜਦੋਂ ਇਹਨੇ ਮਿਲ ਕੇ ਤਾਂ ਮੈਚ ਦੀਆਂ ਦੋਨੋਂ ਟੀਮਾਂ ਮੈਚ ਬਹੁਤ ਵਧੀਆ ਦਿਖਾਈਆਂ ਨੇ। ਸੋਟੋ ਦਾ ਟੀਮਾਂ ਦਾ ਪਹਿਲਾ ਮੈਚ ਦੇ ਨਾਲ ਬੇਨਤੀ ਕਰੀਏ, ਉਸਤਾਦ ਸ਼ੀਰਾ ਜੀ ਨੂੰ ਬੇਨਤੀ ਹੈ ਕਿ ਦੂਜਾ ਮੈਚ ਕਿਹੜੀਆਂ ਕਿਹੜੀਆਂ ਟੀਮਾਂ ਦਾ ਹੋਵੇਗਾ। ਮੈਂ ਬੇਨਤੀ ਕਰਾਂਗਾ ਸ਼ਿਵ ਸੰਮੀਪੁਰ ਜੀ ਨੂੰ ਕਿ ਅਨਾਊਂਸ ਕਰ ਦੇਣਾ ਕਿ ਦੂਜਾ ਮੈਚ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿਚਕਾਰ ਹੋਵੇਗਾ। ਜਿਹੜੇ ਦਰਸ਼ਕ ਹੁਣੇ ਹੁਣੇ ਪਹੁੰਚੇ ਨੇ, ਬਤਾ ਦਈਏ ਕਿ ਲੀਗ ਸਿਸਟਮ ਦੇ ਨਾਲ ਜਿਹੜੀ ਇੰਗਲੈਂਡ ਦੀ ਕਬੱਡੀ ਫੈਡਰੇਸ਼ਨ ਹੈ ਉਹ ਮੈਚਾਂ ਨੂੰ ਰੈਸਲ ਕਰਵਾ ਰਹੀ ਹੈ। ਹਰ ਟੀਮ ਦੇ ਨਾਲ ਮੈਚ ਖੇਡਣਾ ਪੈ ਰਿਹਾ ਹੈ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਲੀਗ ਦਾ ਉਪਰਾਲਾ ਹੈ। ਅੱਧੇ ਸਮੇਂ ਲਈ ਸਲਾਮੀ ਸ਼ਿਵਾਜ ਤੇ ਮਹਿਕਮੇ ਬੋਲਾਂ ਦੇ ਨਜ਼ਾਰੇ ਠੱਗਾ ਜੀ ਰਾਜੂ ਸ਼ੇਰਾ ਰਾਜੂ ਜੋਗਰਦਾਸ ਸਿੰਘ ਸਰਦਾਰ ਜਿੰਦੇ ਨਾਲ ਮੁਕਾਬਲਾ ਇੱਕ ਲੱਕੜ ਜਾਫੀ ਜੰਜਵਾ ਤੇ ਬੁੜੇ ਸਿੰਘ ਸਰਦਾਰ ਦੇ ਨਾਲ ਟੱਕਰਿਆ। ਆਹ ਉਹਦਾ ਸ਼ਿਰਿਆ ਰਾਜੂ ਬਿਲਕੁਲ ਹੁੰਦਾ ਦੇ ਨੇੜੇ ਉਧਰ ਇੱਕ ਇੱਕ ਸੈਕਿੰਡ ਜਿਹੜਾ ਬੀਤਦਾ ਜਾਂਦਾ ਰਾਜੂ ਛੇ ਫੁੱਟ ਜਾਂਦਾ ਮੋਸ਼ਨ ਬਾਲਾ ਦੂਸਰੀ ਕਲੀ ਲਵਲੀ ਨੂੰ ਹਲਕਾ ਜਿਹਾ ਟੱਚ ਭੀਮੇ ਸਹੇੜੀ ਵਾਲੇ ਦਾ ਪਚੱਕੀ ਅੱਜ ਭੀਮਾ ਸਹੇੜੀ ਵਾਲਾ ਸਾਡੇ ਵਿਚਕਾਰ ਨਹੀਂ ਰਿਹਾ ਪਰ ਯਾਦ ਉਸੇ ਹਮੇਸ਼ਾ ਜਿਹੜੀ ਆ ਉਹ ਆਉਂਦੀ ਰਹਿੰਦੀ ਹੈ ਕਿਉਂਕਿ ਬੜਾ ਪੱਕਾ ਚੋਟੀ ਦਾ ਖਿਡਾਰੀ ਖੇਡਿਆ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਕਿਰਮੀਤ ਮੰਡੀਆਂ ਵਾਲਾ ਬਾਪੂ ਨੇ ਕਬੱਡੀ ਖੇਡੀ ਹੈ ਚਾਚੇ ਤਾਇਆਂ ਦੇ ਪੁੱਤਰਾਂ ਨੇ ਕਬੱਡੀ ਖੇਡੀ ਆ ਆਪਣੇ ਭਾਈ ਇਸ ਤੋਂ ਵੱਡਾ ਉਹ ਵੀ ਤਖਲੇ ਜਾਂਦੀ ਆ ਤੇ ਮੰਡੀਆਂ ਪਿੰਡ ਵਾਲੇ ਗੁਰਮੀਤ ਦੀ ਕਬੱਡੀ ਜਿਹੜਾ ਚਾਚੇ ਤਾਏ ਦਾ ਲੜਕਾ ਲਾਡੀ ਖੇਡ ਕੇ ਗਿਆ ਤੇ ਮੁੜੇ ਇਬਰਾਂ ਵਾਲੇ ਗੱਭਰੂ ਦੇ ਨਾਲ ਮੁਕਾਬਲਾ ਇਬਰਾਂ ਵਾਲਾ ਸ਼ਾਮਾ ਉਧਰ ਮੰਡੀਆਂ ਵਾਲਾ ਗੁਰਮੀਤ ਆ ਹੰਦੇ ਬਿਲਕੁਲ ਨੇੜੇ ਆ ਤੇ ਆ ਥਾਪੀ ਮਾਰੀ ਜੱਟ ਨੇ ਕਹਿੰਦਾ ਆ ਚੱਲਿਆ ਮੰਡੀਆਂ ਨੂੰ ਪੁਆਇੰਟ ਗੁਰਮੀਤ ਦੇ ਹੱਕ ਦੇ ਵਿੱਚ ਇਹ ਆ ਮੰਡੀਆਂ ਵਾਲਾ ਚੋਬਰ ਮਾਲਵੇ ਦੀ ਧਰਤੀ ਤੇ ਬੰਦਰ ਪਿਆ ਗਰੀ ਬਖਸ਼ੇ ਵਾਲਾ ਬੰਦੋਸ਼ ਦਿੰਦਾ ਇੱਧਰ ਆਇਆ ਕਬੱਡੀ ਕਬੱਡੀ ਕਰਦਾ ਜਾਂ ਪਹੁੰਚਾ ਨੌ ਜਾਫੀਆਂ ਦੇ ਕੋਲ ਇੱਕ ਕੰਨੀ ਹੁਣ ਪਤਾ ਲੱਗਣਾ ਵਿਕਾਸ ਗੁਜਰਿਆ ਤੇ ਮੁੱਲੇ ਵਾਲੇ ਖਿਆਰਿਆਂ ਵਾਲੇ ਡਬਲ ਟੱਚ ਦਾ ਫੈਸਲਾ ਜਿਹੜਾ ਸਵਰਨੇ ਦਾ ਇਹ ਆ ਹੱਕ ਦੇ ਵਿੱਚ ਇੱਕ ਅੰਕ ਦਾ ਹੋਰ ਵਾਧਾ ਕਰੀ ਐਸ ਕਿਹੜੀ ਖੂਬੀ ਆਪਾਂ ਦੱਸਣਾ ਜ਼ਰੂਰ ਹੈ ਚਾਲੀ ਮਾਨੇ ਸ਼ਿਆ ਮੈਚ ਉਧਰ ਹੌਲੀ ਹੌਲੀ ਪੋਲੇ ਪੋਲੇ ਪੱਬ ਧਾਗਾ ਮਾਨਾ ਜੱਟ ਇੱਕ ਅੰਕ ਦਾ ਹੋਰ ਵਾਧਾ ਉਧਰ ਧੰਨਵਾਦ ਆ ਸਾਡੇ ਜਿਹੜਾ ਪ੍ਰਬੰਧ ਕੀਤਾ ਗੀਤਾ ਪੰਜਵਾਂ ਵਾਲਾ ਸਾਡਾ ਵੀਰ ਭਰਾਵਾਂ ਵਾਂਗੂ ਯਾਰੀ ਸਾਡੀ ਹਰਜੀਤ ਬਰਾੜ ਬਾਜੀ ਖਾਨੇ ਦਾ ਏਰੀਆ ਸੁਖਬੀਰ ਹਰਜੀ ਮੁਹੰਮਦ ਖਾਨ ਦੀ ਕਬੱਡੀ ਮੇਰੇ ਵੀਰੋ ਪੈਣ ਜਾ ਰਹੀ ਖੇਡ ਦੇ ਮੈਦਾਨ ਵਿੱਚ ਉਹਦੇ ਸਵਰਨਾ ਗਰੇ ਜੰਡਰਾ ਦਿਸਦੇ ਤਿਆਰ ਹੈ ਇੱਧਰ ਸੁੱਖਾ ਢੇਸੀ ਜੀ ਕੈਮਰੇ ਦਾ ਕੈਦ ਕਰਦੇ ਹੋਏ ਉਧਰ ਬਹੁਤ ਵੱਡੀ ਰੇਡ ਪੈਰ ਜਾ ਰਹੀ ਹੈ ਖਾਨ ਦੀ ਖੇਡ ਦੇ ਮੈਦਾਨ ਦੇ ਵਿੱਚ ਚਾਰ ਗੁਰਜਾ ਵਰਗੇ ਸ਼ੇਰ ਰਹੇ ਗੰਦਾ ਮੌਸਮ ਤੇ ਆਗ ਕਾਰ ਕਿਤੇ ਬੱਲੇ ਬੱਲੇ ਲਾਓ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਹੰਸ ਨੂੰ ਦੀ ਟੀਮ
ਮੈਚ ਤੇ ਜੁੜਦਾ ਹੋਇਆ ਨੰਬਰ ਦਾ ਸੀਗਾ ਨੰਬਰ ਦਾ ਸੀਗਾ ਅਗਲੀ ਗੇੜ ਮੰਜੋ ਦਾ ਕਹਿੰਦੇ ਨੀ ਭਰਾਵਾਂ ਵਰਗਾ ਪਿਆਰ ਹੈ ਰਾਜੂ ਨਾਲ ਰਾਜੂ ਭੜੀ ਭੜਾਚਾ ਵਾਲਾ ਕਬੱਡੀ ਪਾ ਰਿਹਾ ਖੜਕ ਮੈਦਾਨ ਵਿੱਚੋਂ ਉੱਠਣਾ ਸਰਦਾਰ ਉਹਦਾ ਸੰਤਨ ਵਾਲ ਸਾਹਿਬ ਪਹੁੰਚਿਆ ਨਾਲ ਪੁੱਪਰ ਵਾਲਾ ਪਿੱਲਾ ਪਹੁੰਚਿਆ ਔਰ ਸਾਡਾ ਵੀਰ ਰਣਜੀਤ ਨੂੰ ਫਿਰ ਪਹੁੰਚਿਆ ਧੰਨਵਾਦ ਹੈ ਆ ਹੈ ਜੰਜੂਆ 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 ਤੇ ਰਾਜੂ ਬੱਲੇ 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 ਆਓ ਕਬੱਡੀ 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 ਰਾਜੂ ਜੰਜੂਆ ਰਾਜੂ ਲੈ ਗਿਆ ਵੀ ਰਾਜੂ ਲੈ ਗਿਆ ਕਬੱਡੀ ਦਾ ਸਵਾਲ ਅੱਜ ਦਰਸ਼ਕ ਦੂਰੋਂ ਨੇੜੋਂ ਚੱਲ ਕੇ ਆਏ ਆ ਦੁਨੀਆ ਪਹੁੰਚੀ ਜਾਂਦੀ ਆ ਸੋਚ ਆ ਗਿਆ ਵੀ ਜੋਰ ਕਰਾ ਗਿਆ ਅਗਲਾ ਜੱਫਾ ਕੋਈ ਨਹੀਂ ਅਗਲਾ ਜੱਫਾ ਹਲੂਗਾ ਡੋਗਰ ਦੀ ਕਬੱਡੀ ਸਾਹਮਣੇ ਚਾਰ ਜਾਫੀ ਵੇਖਦੇ ਆ ਆਹ ਵੇਖਲਾ ਪੂਰੀ ਕੋਸ਼ਿਸ਼ ਕਰਦਾ ਪਰ ਆਕਰਮਣ ਡੋਗਰ ਛਾਲਾ ਮਾਰਦਾ ਦੀਪ ਮੋਰੀ ਵਾਲੇ ਦੇ ਕੋਲ ਆ ਪਹੁੰਚਾ ਨੌਜਵਾਨ ਬੜੀ ਭਾਜ ਆ ਬੜੀ ਜਾਨ ਆ ਇਸ ਕਬੜੀ ਦੇ ਵਿੱਚ ਮੁਕਾਬਲਾ ਨੌਜਵਾਨ ਕਦੇ ਸੱਜੇ ਕੰਨੀ ਕਦੇ ਖੱਬੇ ਕੰਨੀ ਪਰ ਵੇਖਦੇ ਆ ਉਧਰ ਜੇਲਾ ਹੁਸ਼ਿਆਰਪੁਰੀਆ ਵੇਖਦਾ ਸੁਖਰਾਜ ਸਿੰਘ ਗਿੱਲ ਵੇਖਦਾ ਤੇ ਗੱਲ ਕਿਧਰ ਨੂੰ ਗੱਲ ਪੱਚੀਆਂ ਤੇ ਆਈ ਪਈ ਆ ਦੋਨੇ ਗੱਭਰੂ ਪੂਰੀ ਕੋਸ਼ਿਸ਼ ਕਰਦੇ ਆ ਤੇ ਵੇਖਦੇ ਆ ਆਪਣੇ ਸਮੇਂ ਦਾ ਵੱਢ ਖਾਣਾ ਜਾਫੀ ਤੇ ਕਬੱਡੀ ਮਨ ਜੱਟ ਦੀ ਕਬੱਡੀ ਪੈ ਗਈ ਆ ਉੱਧਰ ਸਤਨਾਮ ਸਿੰਘ ਗਿੱਲ ਉਹ ਵੀ ਪੂਰਾ ਖੁਸ਼ ਆ ਦੀਪਾ ਮੌਲੀ ਵਾਲਾ ਤੇ ਹੁਣ ਪਤਾ ਲੱਗਣਾ ਤੇ ਮਾਨਾ ਜੱਟ ਕਿਹਨੂੰ ਟੱਚ ਕਰਦਾ ਮਾਨੇ ਜੱਟ ਦੀ ਕਬੱਡੀ ਆ ਹੁਣ ਚਾਰ ਜਾਫੀ ਇੱਕ ਪਾਸੇ ਵਿਕਾਸ ਦੇ ਮੂਲੇ ਵਾਲ ਫੈਲਾਂ ਦੇ ਨਾਲ ਮੁਕਾਬਲਾ ਹੋ ਗਿਆ ਇੱਕੋ ਜਿਹਾ ਕੱਦ ਕਾਦ ਪੁਆਇੰਟ ਮਾਨੇ ਜੱਟ ਦੇ ਹੱਥ ਦੇ ਵਿੱਚ ਬਹੁਤ ਹੀ ਵਧੀਆ ਪੁਆਇੰਟ ਮਾਨੇ ਜੱਟ ਦੇ ਹੱਥ ਦੇ ਵਿੱਚ ਉੱਧਰ ਸਾਡੇ ਮਾਨਕ ਸਾਹਿਬ ਜੀ ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ ਗੱਭਰੂ ਮਸਤ ਰਹੇ ਸਦਾ ਹਾਨ ਦੀਆਂ ਮਟਿਆਰਾਂ ਫੈਸਲਾ ਇੱਕ ਅੰਕ ਦਾ ਵਾਧਾ ਕਰਦਾ ਇੱਧਰ ਮੈਰੀਪੁਰੀਆ ਮੇਰਾ ਵੀਰ ਇੱਧਰ ਸੁਖਬੀਰ ਸਰਾਵਾਂ ਵਾਲੇ ਦੀ ਨਿੱਕਿਆ ਪੈ ਗਈ ਹੈ ਕਬੱਡੀ ਤੇ ਉੱਧਰ ਸੁਰਿੰਦਰ ਮਾਨਕ ਤੇ ਵੇਖਦੇ ਆ ਸਾਹਮਣੇ ਗੱਲ ਕਿੱਧਰੋਂ ਜਾਂਦੀ ਆ ਉਹ ਵੇਖ ਲਓ ਗੱਭਰੂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਤੇ ਬਲਵਿੰਦਰ ਸਿੰਘ ਦੁੱਲੇ ਵੇਖਦਾ ਸੁਖਬੀਰ ਸਰਾਵਾਂ ਵਾਲਾ ਭੱਜਿਆ ਜਾਂਦਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਚਲੋ ਟੋਕਰਾ ਚੇਅਰਮੈਨ ਕੀਤੀ ਫੈਡਰੇਸ਼ਨ ਦੀ ਉਹ ਵੀ ਪੂਰਾ ਖੁਸ਼ ਆ ਉਧਰ ਦਰਵੀ ਵਾਲੇ ਸਿੰਘ ਸਰਦਾਰ ਵੀ ਸਾਰੇ ਸੱਜ ਕੇ ਬੈਠੇ ਆ ਤੇ ਕਬੱਡੀ ਟੋਕਰਨੀ ਪਈ ਆ ਜਿਹੜੇ ਵੀ ਮੇਰੇ ਵੀਰਾਂ ਨੇ ਜਿਹੜੇ ਸਾਡੇ ਪਚੰਗੀ ਆ 20 ਸਾਲ ਦੀ ਏਜ ਦਾ 17-18 ਦੀ ਜਿਹੜੀ ਜਿਹਨਾਂ ਨੇ ਇੱਥੋਂ ਦੇ ਜਿਹੜੇ ਆਪਣੇ ਜਾਮ ਵਾਲੇ ਜਿਹੜੇ ਖਿਡਾਰੀ ਆ ਜਿਹਨਾਂ ਨੇ ਕਬੱਡੀ ਖੇਡੀ ਆ ਉਹ ਸੁਖੀ ਨੂੰ ਸਾਰੇ ਮਹਿਲਾਂ ਸੁਖੀ ਸਿੰਘਾਂ ਵਾਲੇ ਨੂੰ ਮਹਿਲਾਂ ਟੀਮਾਂ ਦੋ ਬਣਾਉਣੀਆਂ ਫਾਈਨਲ ਤੋਂ ਪਹਿਲਾਂ ਉਹਨਾਂ ਦਾ ਬੈਟ ਕਰਨਾ ਉੱਧਰ ਪਤਾ ਲੱਗਣਾ ਕਿਉਂਕਿ ਭਰਾ ਵੀ ਬੈਠਾ ਬਿੰਦਰ ਨਵੇਂ ਪਿੰਡੀਆ ਤੇ ਕਬੱਡੀ ਮਨਜੋਤ ਦੀ ਕਬੱਡੀ ਸੁੱਖਿਆ ਪੈ ਗਈ ਮਨਜੋਤ ਮਾਛੀ ਵਾਲੀ ਚੱਲ ਬਈ ਮਨਜੋਤ ਸਿੰਘ ਸਰਦਾਰ ਆ ਨੌਜਵਾਨ ਤੇ ਫਲਾਈਆਂ ਬਾਹਾਂ ਸਾਹਮਣੇ ਆਹ ਦੁਨੀਆ ਦੇ ਸੁਪਰ ਸਟਾਰ ਦੇ ਨਾਲ ਹੋਈ ਸੀ ਟੱਕਰ ਪਰ ਪੁਆਇੰਟ ਮਨਜੋਤ ਹਿੱਸੇ ਜੋੜਦਾ ਹੋਇਆ ਉੱਧਰ ਰਣਜੀਤ ਰੂਪਰ ਦੇ ਨਾਲ ਬਿੱਲਾ ਗੋਪਰ ਆਏ ਤੇ ਪ੍ਰੀਤਮ ਬਲ ਜੋਗਾ ਢਡਵਾਰ ਸਾਰੇ ਮੇਰੇ ਵੀਰ ਪਹੁੰਚੇ ਆ ਤੇ ਗੱਲ ਇਸ ਗੱਭਰੂ ਦੀ ਵੇਖ ਲਓ ਇਹ ਮਾਨਾ ਲੁਧਿਆਣਵੀ ਲਹਿੰਦੇ ਪੰਜਾਬ ਦਾ ਸੁਪਰ ਸਟਾਰ ਖਿਡਾਰੀ ਤੇ ਉਧਰ ਹਰਮਨ ਬਟਾਲੇ ਵਾਲੇ ਨੇ ਵੀ ਬੜੇ ਪਿਛਲੇ ਹਫ਼ਤੇ ਤਕੜੇ ਜੱਫਾ ਲਾਇਆ ਸੀ ਤੇ ਵੇਖਦੇ ਆ ਇਸ ਗੱਭਰੂ ਨੂੰ ਕੌਣ ਟੱਕਣ ਦੀ ਕੋਸ਼ਿਸ਼ ਕਰਦਾ ਆ ਚਾਰੇ ਗੱਭਰੂ ਇੱਕੋ ਜਿਹੇ ਆ ਤੇ ਕੈਮਰੇ ਫੋਕਸ ਹੋਏ ਪਏ ਨੇ ਤੇ ਆਹ ਵੇਖਦੇ ਆ ਮਾਨਾ ਪਰ ਆਹ ਵੇਖ ਲਓ ਮਾਨਾ ਲੁਧਿਆਣਵੀ ਹਲਕਾ ਜਿਹਾ ਟੱਚ ਕਰਕੇ ਬਟਾਲੇ ਦੇ ਕੋਲ ਭੱਜਿਆ ਜਾਂਦਾ ਉਧਰ ਸ਼ੀਰਾ ਸਿੰਘ ਹੱਲਾ ਸ਼ੇਰੀ ਦਿੰਦਾ ਹੋਇਆ ਸੁਖਬੀਰ ਸਿੰਘ ਪਾਕ ਵੱਡੀ ਉਧਰ ਰੇਸ਼ਮ ਸਿੰਘ ਜੀ ਡੇਰ ਸਾਹਿਬ
ਸਾਡੇ ਲੰਬੇ ਸਮੇਂ ਤੋਂ ਕਬੱਡੀ ਨਾਲ ਜੁੜੇ ਹੋਏ ਆ ਇੰਦਰ ਜੀ ਤੁਸੀਂ ਡੱਲੇ ਵਾਲੇ ਤੇ ਸਾਰੇ ਮੇਰੇ ਵੀਰ ਬੈਠੇ ਆਨੰਦ ਮਾਣ ਰਹੇ ਆ ਤੇ ਕਬੱਡੀ ਇੱਧਰ ਤੱਕ ਸਲਾਮ ਵਾਲੀ ਚੱਲੀ ਜਾਂਦੀ ਮਿੱਤਰੋ ਕੱਲੇ ਨੇ ਕਹਿੰਦਾ ਵਾਡਾ ਤਾਂ ਪੁਆਇੰਟ ਦੇਣਾ ਚੱਲੇ ਨੇ ਕਬੱਡੀ ਸੁਖਬੀਰ ਦੇ ਹੱਕ ਦੇ ਵਿੱਚ ਇੱਕ ਅੰਕ ਦਾ ਹੋਰ ਵਾਧਾ ਚੱਲਵੇ ਪਾਵ ਸ਼ੇਰਾ ਕਬੱਡੀ ਚੱਲਵੇ ਮੁਹੰਮਦ ਪਾਵ ਕਬੱਡੀ ਮੁਹੰਮਦ ਦੀ ਕਬੱਡੀ ਸੁਣਿਆ ਚੱਲ ਬਈ ਮੁਹੰਮਦ ਸੋਹਣਿਆ ਪਾ ਗਬਰੂ ਕਬੱਡੀ ਸਾਰੀ ਦੁਨੀਆਂ ਦੇ ਵਿੱਚ ਖੇਡੀ ਜਾਂਦੀ ਮੋਸ਼ਨ ਵਾਲਾ ਵੀ ਬਿਲਕੁਲ ਪੂਰੀ ਤਿਆਰੀ ਵਿੱਚ ਤੇ ਵਿਕਾਸ ਗੁੱਜਰ ਵੇਖਦਾ ਤੇ ਕਦੀ ਸਿੰਘ ਸਰਦਾਰ ਵੇਖਦਾ ਕਿ ਕਿਹਨੂੰ ਕਰਦਾ ਇਹ ਟੱਚ ਨੌਜਵਾਨ ਤੇ ਉਹ ਵੇਖਦਾ ਖੁੱਜ ਭਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਇੱਧਰ ਫੈਸਲਾ ਉੱਤੇ ਜਸਪਾਲ ਸਵਾਲ ਵੀ ਵਿਸਲ ਮਾਰਦਾ ਆ ਕਿ ਪੁਆਇੰਟ ਧਾਵੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਉੱਧਰ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਗੋਲਡੀ ਸੰਧੂ ਪੈਰ ਵਾਰ ਚਲ ਗਿਆ ਜੀ ਪੈਰ ਵਾਰ ਚਲ ਗਿਆ ਨਹੀਂ ਤਾਂ ਜੱਫਾ ਸੀਗਾ ਕੋਈ ਨੀ ਅਗਲੀ ਵਾਰੀ ਸਹੀ ਜਾਫੀਆਂ ਨੂੰ ਆਪਣੇ ਲੈਣ ਦੇ ਅੰਦਰ ਕਬੱਡੀ ਰਾਜੂ ਕੋਟਲੇ ਭਰੀ ਵਾਲੇ ਦੀ ਕਬੱਡੀ ਪਈ ਆ ਮਾਲਵੇਲੀ ਧਰਤੀ ਆ ਬਾਪੂ ਨੇ ਕਿਹੜਾ ਫੁੱਟਬਾਲ ਖੇਡਿਆ ਤੇ ਅੱਜ ਇੱਧਰ ਬੱਬਰ ਸ਼ੇਰ ਗੱਭਰੂ ਪੋਤਾ ਕਬੱਡੀ ਦੇ ਵਿੱਚ ਪੂਰਾ ਰਾਜਾ ਬਣਿਆ ਪਿਆ ਇਹ ਪੂਰਾ ਛਾ ਪਿਆ ਦੁਨੀਆਂ ਦੇ ਵਿੱਚ ਕਬੱਡੀ ਰਾਜੂ ਦੇ ਹੱਕ ਦੇ ਵਿੱਚ ਇੱਕ ਅੰਕ ਦਾ ਹੋਰ ਵਾਧਾ ਰਾਜੂ ਦੇ ਹੱਕ ਦੇ ਵਿੱਚ ਇੱਕ ਅੰਕ ਦਾ ਹੋਰ ਵਾਧਾ ਇਹ ਜਿਹੜੀ ਟੀਮ ਆ ਸਲੋ ਤੇ ਹਾਸਲ ਦੀ ਟੀਮ ਜਿਹੜੀ ਸਾਂਝੀ ਬਣੀ ਆ ਉੱਧਰ ਆਪਣੇ ਜਿਹੜੀ ਦੂਜੀ ਟੀਮ ਆ ਕਵਿੰਟਰੀ ਡਰਬੀ ਤੇ ਬਰਮਿੰਗਮ ਸਾਂਝੀ ਟੀਮ ਚੱਲ ਵੇ ਇੱਧਰ ਆਗਣਾ ਮੈਂ ਡੋਗਰ ਤੇ ਆ ਵੇਖ ਲਓ ਹਲਕਾ ਜਿਹਾ ਟੱਚ ਕਰਕੇ ਭੱਜਿਆ ਆਉਂਦਾ ਨੌਜਵਾਨ ਅਗਲੀਆਂ ਟੀਮਾਂ ਸੁਖਿਆ ਕੀਤ ਫੁੱਲ ਜਾ ਤੇ ਸਾਊਥ ਆ ਦੀ ਜਿਹੜੀ ਸਾਂਝੀ ਟੀਮ ਹੈ ਉਹਨਾਂ ਨੂੰ ਵੀ ਬੇਨਤੀ ਆ ਤੇ ਗ੍ਰੇਜੈਂਟ ਮਿਡਵੇ ਤੇ ਪਾਰਕਿੰਗ ਦੇ ਨਾਲ ਜਿਹੜਾ ਮੁਕਾਬਲਾ ਉਹ ਵੀ ਦੋਨੋਂ ਟੀਮਾਂ ਗਰਾਊਂਡ ਵਿੱਚ ਪਹੁੰਚ ਜਾਣ ਕਬੱਡੀ ਮਨਜੋਰ ਟੀਮ ਚੱਲ ਇੱਧਰ ਸੱਤਾ ਮਿੱਠਾ ਵੀ ਤੇ ਵੇਖਦੇ ਆ ਸਾਹਮਣੇ ਆ ਪੂਰੀ ਟੱਕਰ ਕਹਿੰਦੇ ਆ ਨੌਜਵਾਨੋ ਇੱਕੋ ਜਿਹਾ ਗੱਭਰੂ ਆ ਜਾਨ ਬਣੀ ਆ ਤਜਰਬਾ ਬੜਾ ਆ ਪਰ ਗੱਲ ਹੋਣੀ ਆ 30 ਸੈਕਿੰਡ ਦੀ ਤੇ ਆ ਵੇਖ ਲਓ ਭਰ ਲਿਆ ਕਲਾ ਦਾ ਇਹਦਾ ਦੀਪਾ ਮੋਣੀ ਪੂਰਾ ਖੁਸ਼ ਆ ਤੇ ਨਾਲ ਉਹਦੇ ਸਾਹਮਣੇ ਕੈਮਰ ਵੀ ਫਾਪੀਆਂ ਮਾਰਦਾ ਫਿਰਦਾ ਸ਼ਾਮ ਮਾਰਦਾ ਵੀ ਜੱਫਾ ਲੱਗ ਗਿਆ ਜਜਵੇ ਦਾ ਬਹੁਤ ਹੀ ਵਧੀਆ ਤੇ ਸਾਰੇ ਖੁਸ਼ ਆ ਜਿੰਨੇ ਕਮੈਂਟਰੀ ਦੇ ਆਉਣਗੇ ਦੇ ਕਮੇਟੀ ਆ ਮਿਹਨਤ ਜਿਨ੍ਹਾਂ ਨੇ ਕੀਤੀ ਪਿੰਡਿਆ ਸ਼ੇਰਾਂ ਵਾਂਗੂ ਗੱਜਦੇ ਆ ਆਹ ਵੇਖ ਲਓ ਮਾਨੇ ਲੁਧਿਆਣਵੀ ਦਾ ਨਾਂ ਪੂਰੀ ਦੁਨੀਆਂ ਦੇ ਵਿੱਚ ਸੁਪਰ ਸਟਾਰਾਂ ਦੇ ਵਿੱਚ ਆਹ ਵੇਖ ਲਓ ਵਿਕਾਸ ਗੁੱਜਰ ਦੇ ਨਾਲ ਮੁਕਾਬਲਾ ਹੋ ਗਿਆ ਬਿਲਕੁਲ ਬੱਚਿਆਂ ਦੇ ਨੇੜੇ ਇੱਧਰ ਬਿੰਦਰ ਗੜੀ ਬਖਸ਼ ਵਾਲਾ ਵੇਖਦਾ ਮੈਂ ਸਵਾਰਨੇ ਦਾ ਫੈਸਲਾ ਬਹੁਤ ਹੀ ਵਧੀਆ ਇੱਧਰ ਬਲਵਿੰਦਰ ਦੁੱਲੇ ਦੇ ਹੱਥ ਦੇ ਵਿੱਚ ਦੀਪਾ ਮੋਲੀ ਦੇ ਹੱਥ ਦੇ ਵਿੱਚ ਉੱਧਰ ਬੈਡ ਫੁੱਟ ਵਾਲੀ ਬਲਵੀਰ ਹੋਣਾ ਦੀ ਵੀ ਸਾਰੀ ਢਾਣੀ ਉਹ ਵੀ ਪਹੁੰਚ ਗਈ ਆ ਤੇ ਉੱਧਰ ਵੇਖ ਲੈ ਕੀ ਗੱਲ ਬਣਦੀ ਆ ਡਬਲ ਟੱਚ ਦਾ ਫੈਸਲਾ ਸੁਖਬੀਰ ਸਰਾਮ ਵਾਲੇ ਦੇ ਹੱਥ ਦੇ ਵਿੱਚ ਡਬਲ ਟੱਚ ਦਾ ਫੈਸਲਾ ਚੱਲ ਪਾ ਮੁਹੰਮਦ ਕਬੱਡੀ ਮੁਹੰਮਦ ਬਹੁਤ ਹੀ ਸੋਹਣਾ ਨੌਜਵਾਨ ਦਾ ਦਰਸ਼ਨੀ ਸਰੀਰ ਆ ਉੱਧਰ ਅਮਰੀਕ ਸਿੰਘ ਜੀ ਪੈ ਗਈ ਕਬੱਡੀ ਸ਼ੀਰਾ ਸੰਮੀਪੁਰੀਆ ਹੱਲਾ ਸ਼ੇਰੀ ਦਿੰਦਾ ਤੇ ਉਹਦੇ ਰੇਸ਼ਮ ਸਿੰਘ ਜੀ ਡੇਲ ਪੂਰੀ ਢਾਣੀ ਦੇ ਨਾਲ ਵੇਖਦੇ ਆ ਇਸ ਨੌਜਵਾਨ ਦੇ ਨਾਲ ਮੁਕਾਬਲਾ ਕਿਵੇਂ ਹੁੰਦਾ ਆ ਕਿਉਂਕਿ ਜਾਨ ਬੜੀ ਆ ਇਸ ਗੱਭਰੂ ਦੇ ਵਿੱਚ ਆਹ ਵੇਖ ਲਓ ਇਹਨੂੰ ਮੋਸ਼ਨ ਵਾਲਾ ਕਹਿੰਦੇ ਆ ਮੋਸ਼ਨ ਲਾ ਗਿਆ ਜੱਫਾ ਧਰਤੀ ਦੇ ਨੌਜਵਾਨ ਤੇ ਗੱਲ ਖੇਡ ਮੈਦਾਨ ਆ ਸੱਜਣ ਮੋਸ਼ਨ ਦੋਨੇ ਗੱਭਰੂ ਪੂਰੀ ਕੋਸ਼ਿਸ਼ ਕਰਦੇ ਹੋਏ ਪਰ ਮੁਕਾਬਲਾ ਪੂਰਾ ਜੋਰਾਂ ਦਾ ਆ ਤੇ ਜਿੱਤ ਕਿਹਦੇ ਹਿੱਸੇ ਆਉਂਦੀ ਆ ਇਸ ਸਵਾਲੋ ਦੀ ਬਹੁਤ ਹੀ ਵਧੀਆ ਮੋਸ਼ਨ ਵਾਲੇ ਦੇ ਹੱਕ ਦੇ ਵਿੱਚ ਜੋੜਦਾ ਹੋਇਆ ਸਲੋ ਇੱਧਰ ਹੈਰੀ ਵੱਲੋਂ 20 ਪੌਂਡ ਮੋਸ਼ਨ ਵਾਲੇ ਨੂੰ ਸਪੈਸ਼ਲ ਹੈਰੀ ਵੱਲੋਂ 20 ਪੌਂਡ ਮੋਸ਼ਨ ਵਾਲੇ ਨੂੰ ਕਬੱਡੀ ਰਾਜੂ ਕੋਟਲੇ ਭਰੀ ਦੀ ਕਬੱਡੀ ਹੈ ਚੱਲ ਬਈ ਇੱਧਰ ਰਾਜੂ ਦੀ ਫੇਰ ਪੈ ਗਈ ਹੈ ਕਬੱਡੀ ਰਾਜੂ ਕੋਟੀ ਕੋਟੀ ਕਰਦਾ ਜਾ ਪਹੁੰਚਿਆ ਤੇ ਹਰਵੰਤ ਮੱਲੀ ਵੇਖਦਾ ਰਣਜੀਤ ਰੂਪਰ ਮੈਂ ਆਹ ਵੇਖ ਲਾ ਆਹ ਵੇਖ ਲਾ ਸਵਾਨਿਆਂ ਵਾਂਗੂ ਗੁੱਟ ਫੜਿਆ ਸੀ ਇਸ ਨੌਜਵਾਨ ਨੇ ਅੱਜ ਤੱਕ ਗੱਲਾਂ ਹੁੰਦੀਆਂ ਸਵਾਨੇ ਦੇ ਗੁੱਟ ਦੀਆਂ ਕੌਣ ਕਰੂਗਾ ਰਿੱਸਾ ਆਹ ਵੇਖ ਲਓ ਬਰਾੜਾਂ ਦੇ ਪੁੱਤ ਦੀਆਂ ਆਹ ਵੇਖ ਲਓ ਪੁੱਗ ਦੀਆਂ ਪੁਆਇੰਟ ਰਾਜੂ ਸਲੋ ਹੌਂਸਲੋ ਦੀ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਕਰਦਾ ਚਲੋ ਟੋਕਰਾ ਪਾ ਕਬੱਡੀ ਡੋਗਰ ਦੀ ਕਬੱਡੀ ਪੂਰੇ ਮੁੱਲੇ ਵਾਲ ਖਹਿਰਿਆ ਬਣ ਸਿੰਘ ਸਰਦਾਰ
ਦੂਸਰੀ ਕੰਨੀ ਹਰਮਨ ਤੇ ਨਾਲ ਉਧਰ ਜਵੇਦ ਵੀ ਬੈਠਾ ਵੇਖਦਾ ਤੇ ਮੈਚ ਬੜਾ ਫਸਿਆ ਪਿਆ ਤੇ ਡੋਗਰ ਵੀ ਬੜਾ ਫਤੀਲਾ ਉੱਡਣਾ ਸਭ ਭੱਜ ਤੁਰਿਆ ਬਲਵਿੰਦਰ ਸਿੰਘ ਵੀ ਪਿੰਡਾ ਏ ਕੇ 47 ਲੈ ਕੇ ਮਗਰ ਭੱਜਿਆ ਜਾਂਦਾ ਡੋਗਰਾ ਪੰਜਵਾਂ ਬੰਦ ਟੱਪਣਾ ਪੁਆਇੰਟ ਡੋਗਰ ਦੇ ਹੱਥ ਦੇ ਵਿੱਚ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਅੰਕ ਡੋਗਰ ਨੇ ਜੋੜਿਆ ਆ ਕਿਉਂਕਿ ਦੁਨੀਆ ਦੇ ਵਿੱਚ ਬੜਾ ਮਸ਼ਹੂਰ ਹੈ ਅਸੀਂ ਗੱਭਰੂ ਦਾ ਨਾਮ ਵੀ ਆਹ ਵੇਖ ਲਓ ਜਾਨੀ ਸੁਨਿਆਰੇ ਨੂੰ ਹਲਕਾ ਜਿਹਾ ਟੱਚ ਕਰਦੇ ਸੁਖਬੀਰ ਸਰਦਾਰਾਂ ਵਾਲਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਚਾਲੂ ਮਾਨਿਆ ਪਾ ਕਬੱਡੀ ਉਧਰ ਗੋਲ ਜੀ ਦਾ ਜ਼ੋਰ ਲੱਗਿਆ ਪਿਆ ਇੱਧਰ ਸੰਮੀਪੁਰੀਆ ਸ਼ੀਆ ਵੀ ਹਲਾਸ਼ੇਰੀ ਜਿੰਦਾ ਵਿੱਚ ਸਖਰੇ ਪਲੋ ਲਾਓ ਜੱਫਾ ਤੇ ਕਬੱਡੀ ਮਾਨੇ ਜੱਟ ਦੀ ਪੂਰਾ ਐਨ ਕਹਿੰਦੇ ਤਕਨੀਕੀ ਤਜਰਬਾ ਇਸ ਮਾਨੇ ਜੱਟ ਦੇ ਕੋਲ ਤੋਂ ਮੂਹਰੇ ਇੱਕ ਕੰਨੀ ਗੁਜਰਿਆ ਦੂਸਰੀ ਕੰਨੀ ਹਰਮਨ ਦੇ ਨਾਲ ਸਿੰਘ ਸਰਦਾਸ ਹਲਕਾ ਜਿਹਾ ਟੱਚ ਤੇ ਭੱਜ ਤੁਰਿਆ ਮਾਨਾ ਕਹਿੰਦਾ ਮਿੱਤਰਾ ਇੱਕ ਇੱਕ ਪਲ ਵੀ ਇੱਦਾਂ ਜਾਂਦਾ ਤੇ ਆ ਬਾਰਡਰ ਆ ਗਿਆ ਤੇ ਆ ਗਿਆ ਕਹਿੰਦਾ ਮੇਰਾ ਪਿੰਡ ਪੁਆਇੰਟ ਮਾਨੇ ਜੱਟ ਦੇ ਹੱਕ ਦੇ ਵਿੱਚ ਚੱਲ ਬਈ ਮਨਜੋਸਿਆ ਤੇਰਾ ਸਰੀਰ ਵੇਖ ਕੇ ਭੁੱਖ ਲੱਗੀ ਆ ਗੱਭਰੂਆਂ ਦੀ ਪਤਾ ਲੱਗਦਾ ਵੀ ਸਨੋਜਾ ਨੇ ਬੜੀਆਂ ਮਿਹਨਤਾਂ ਕੀਤੀਆਂ ਸਟਾਟਾਂ ਦੀਆਂ ਮਾਰਾਂ ਖਾਧੀਆਂ ਤਾਂ ਜਾ ਕੇ ਇਹਨਾਂ ਗਰਾਊਂਡਾਂ ਦੇ ਵਿੱਚ ਖੇਡਣ ਦਾ ਮੌਕਾ ਮਿਲਦਾ ਆ ਦੀਪਾ ਬਾਣੀ ਵਾਲਾ ਦੇਖ ਲਓ ਕਦੋਂ ਲੱਗਦਾ ਜੱਫਾ ਪਰ ਇੱਧਰ ਜਿਹੜਾ ਹੁਸ਼ਿਆਰਪੁਰੀ ਵਾਲਾ ਖਿਡਾਰੀ ਧਾਵੀ ਦੇ ਹੱਕ ਦੇ ਵਿੱਚ ਫੈਸਲਾ ਕਰਦਾ ਹੋਇਆ ਜਿਹੜਾ ਹੁਸ਼ਿਆਰਪੁਰੀ ਮੈਚ ਖਤਮ ਜੀ ਟਾਈਮ ਹੋ ਗਿਆ ਤੇ ਮੈਚ ਜਿਹੜਾ ਪੁਆਇੰਟ ਦੱਸਦੇ ਤੁਹਾਨੂੰ ਸਲੋ ਜਿੱਤ ਗਈ ਜੀ ਸਾਡੇ ਰੱਤੀ ਪੈਣ ਜਿਹੜੀ ਮਿਹਨਤ ਦੀ ਸਾਂਝੀ ਟੀਮ ਆ ਬਰਮਿੰਗਮ ਐਂਟਰੀ ਸਲੋ ਜਿੱਤ ਗਏ ਜੀ 29.5 ਤੋਂ 32 ਸਲੋ ਦੇ 32 ਸਲੋ ਦੇ ਕੁਐਂਟਰੀ ਤਿੰਨ ਟੀਮਾਂ ਸੀਗੀਆਂ ਇਕੱਠੀਆਂ ਇਹਨਾਂ ਦੇ 29.5 ਨੰਬਰ ਆ ਜੀ ਪਹਿਲਾ ਮੈਚ ਸਮਾਪਤ ਹੋਇਆ ਬੰਦ ਹੋਇਆ ਮਿਲਦੇ ਆ ਅਗਲੇ ਮੈਚ ਤੇ ਅੱਲਾ ਹਾਫਿਜ਼ ਵਿਕਾਸ ਬਹੁਤ ਹੀ ਵਧੀਆ ਪ੍ਰਬੰਧ ਇੱਧਰ ਕੀਤਾ ਬਾਜਵਾ ਵਾਲਾ ਬੜਾ ਵਧੀਆ ਪ੍ਰਬੰਧ ਕੀਤਾ ਤੇ ਉੱਧਰ ਬਹੁਤ ਸ਼ੀਰਾ ਸੰਧੂ ਵੀ ਚਾਹ ਦੀ ਸੇਵਾ ਕਰਦਾ ਹੋਇਆ ਲਾਡੀ ਲਾਡੀ ਕੋਈ ਵੀ ਨਹੀਂ ਮੰਨਦਾ।